ਫਿਰੋਜ਼ਪੁਰ ਦੇ ਵਿੱਚ ਹੋਏ ਵੱਡੇ ਹਾਦਸੇ ਤੋਂ ਬਾਅਦ ਇੱਕ ਬੱਚੀ ਸਮੇਤ ਦੋ ਭਾਈਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹੁਣ ਗੱਡੀ ਤਸਕਰ ਦੇ ਕੋਲੋਂ 7 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਫਿਰੋਜ਼ਪੁਰ ਦੇ ਕਸਬਾ ਮਹੂ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਸੀ, ਜਿਸ ਕਰਕੇ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਤੇ ਜਿਸ ਵਿੱਚ ਇੱਕ ਮਾਸੂਮ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਪੁਲਿਸ ਉਹਨਾਂ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ। ਜਦ ਪਿੱਛਾ ਕਰ ਰਹੀ ਸੀ ਤਾਂ ਉਹਨਾਂ ਦੀ ਗੱਡੀ ਦੇ ਵਿੱਚੋਂ ਪੁਲਿਸ ਨੂੰ ਹੁਣ ਇੱਕ ਵੱਡੀ ਸਫਲਤਾ ਮਿਲੀ ਹੈ। 7 ਕਿਲੋ ਹੈਰੋਇਨ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ SPD ਰਣਧੀਰ ਕੁਮਾਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਵੱਡੀ ਸਫਲਤਾ ਪੁਲਿਸ ਨੂੰ ਮਿਲੀ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਇਸ ਨਸ਼ਾ ਤਸਕਰ ਦੀ ਗੱਡੀ ਥੱਲੇ ਆ ਕੇ 3 ਜਾਨਾਂ ਜਾ ਚੁੱਕੀਆਂ ਹਨ। ਪੁਲਿਸ ਅਫਸਰ ਨੇ ਹੋਰ ਕੀ ਕਿਹਾ, ਸੁਣਿਓ ਆ ਪੂਰੀ ਵੀਡੀਓ। ਆ ਜਿਹੜਾ ਕਲਿਕ ਮੰਦਭਾਗੀ ਜਿਹੜੀ ਘਟਨਾ ਵਰਪੀ ਹੈਗੀ, ਜਿਹੜਾ ਮੱਖੂ ਹੈ, ਮੱਖੂ ਨੇੜੇ ਬਿਜਲੀ ਘੜ ਇੱਕ ਜਿਹੜਾ ਗੱਡੀ ਸੀ, ਉਹ ਜਿਹੜਾ ਏਰੀਆ ਸੀਗਾ ਰਸ ਵਾਲਾ ਏਰੀਆ ਸੀ, ਉੱਥੇ ਟ੍ਰੈਫਿਕ ਦੀ ਮੂਵਮੈਂਟ ਬਹੁਤ ਜ਼ਿਆਦਾ ਸੀ ਅਤੇ ਜਿਹੜੀ ਗੱਡੀ ਸੀ ਜਿਹਨੇ ਇਹ ਗੱਲ ਜਾਣਦੇ ਹੋਵੇ, ਜਿੱਦਾਂ ਉਹਨੂੰ ਇਲਮ ਸੀ, ਇਹ ਜਾਣਦੇ ਹੋਵੇ ਗੱਡੀ ਅਤੇ ਮੋਟਰਸਾਈਕਲ ਵਿੱਚ ਇਹ ਜਿਹੜੀ ਟੱਕਰ ਮਾੜੀ, ਜਿਹੜੇ 3 ਜਣੋਂ ਦੀ ਡੈਥ ਹੋ ਗਈ, ਜਿਵੇਂ ਕੁਲਦੀਪ ਸਿੰਘ, ਅਮਰ ਸਿੰਘ, ਨਿਮਰਤ ਕੌਰ, ਇਹ ਆਪਸ ਵਿੱਚ ਰਿਲੇਟਿਵ ਸਨ। ਇਸ ਵਿੱਚ ਜਿਹੜੀ ਨਿਮਰਤ ਕੌਰ ਸੀਗੀ, ਇਹਦੀ ਉਮਰ 4-5 ਸਾਲ ਹੀ ਸੀ, ਬਹੁਤ ਘੱਟ ਉਮਰ ਸੀ। ਜਦੋਂ ਇਹ ਮੰਦਭਾਗੀ ਘਟਨਾ ਵਰਪੀ, ਜਦੋਂ ਇਨਫੋਰਮੇਸ਼ਨ ਆਈ ਸਾਡੇ ਕੋਲ, ਸਾਡੇ ਜਵਾਨ ਨੂੰ ਉੱਥੇ ਮੌਕੇ 'ਤੇ ਸਬ ਇੰਸਪੈਕਟਰ ਸਾਹਿਬ ਉੱਥੇ ਗਏ ਅਤੇ ਜਦੋਂ ਸਰਚ ਕੀਤੀ ਗਈ ਤਾਂ 7 ਕਿਲੋ 30 ਗ੍ਰਾਮ ਚਿੱਟੇ ਦੀ ਰਿਕਵਰੀ ਹੋਈ ਅਤੇ ਜਿਹੜਾ ਦੋਸ਼ੀ ਸੀ, ਆਰੋਪੀ ਸੀ ਉੱਥੇ, ਅਰਸ਼ਦੀਪ ਪੁੱਤਰ ਲਖਬੀਰ, ਜਿਹੜਾ ਖੰਡਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਉਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਪੁੱਛਗਿੱਛ ਚੱਲ ਰਹੀ ਹੈ ਕਿ ਇਹ ਜਿਹੜਾ ਚਿੱਟਾ ਸੀ ਉਹ ਕਿੱਥੋਂ ਲੈ ਕੇ ਆਏ ਸੀ। ਅਸੀਂ ਜਿਹੜਾ ਬੈਕਵਰਡ ਅਤੇ ਫੋਰਵਰਡ ਲਿੰਕੇਜ ਹੈ ਉਹ ਲੱਭ ਰਹੇ ਨੇ, ਇਹ ਕਿੱਥੋਂ ਲੈ ਕੇ ਆਏ ਸੀ ਅਤੇ ਕਿਹਨੂੰ ਵੇਚਣ ਜਾ ਰਹੇ ਸੀ। ਜੋ ਹਮੇ ਸੂਚਨਾ ਮਿਲੀ ਸਰ ਕਿ ਉਸਮੇ ਜੋ ਹੈ CIA ਕੀ ਟੀਮ ਜੋ ਹੈ ਇਨਕਾ ਪੀਛਾ ਕਰ ਰਹੀ ਥੀ, ਉਸੀ ਹੜਬੜਾਹਟ ਕੇ ਅੰਦਰ ਜੋ ਹੈ ਉਹਨੇ ਬਾਈਕ ਮੇਂ ਟੱਕਰ ਦੇ ਮਾਰੀ। ਨਹੀਂ ਜੀ, ਇਹ ਗਲਤ ਸੂਚਨਾ ਹੈ, ਇੱਦੀ ਕੋਈ ਗੱਲ ਨਹੀਂ ਸੀ। ਜਦੋਂ ਇਹ ਐਕਸੀਡੈਂਟ ਵਰਪਾ, ਜਦੋਂ ਇਹ ਮੰਦਭਾਗੀ ਘਟਨਾ ਵਰਪੀ ਤਾਂ ਉੱਥੇ ਜਿਹੜੇ ਮੌਕੇ 'ਤੇ ਮੌਜੂਦ ਲੋਕ ਸਨ, ਉਹ ਜਿਹੜੇ ਲੋਕ ਹੈਗੇ, ਉਹ ਲੋਕ ਨੇ ਇੱਕ ਸੂਚਨਾ ਦਿੱਤੀ, ਜਿਵੇਂ ਕਿ ਮਾਨਯੋਗ SSP ਫਿਰੋਜ਼ਪੁਰ ਸਾਹਿਬ ਦਾ ਹੁਕਮ ਹੈਗਾ ਕਿ ਟੀਮਾਂ ਅੱਡ ਅੱਡ ਬਣਾ ਕੇ ਅਸੀਂ ਏਰੀਆ ਵਿੱਚ ਰਹਿੰਦੇ ਹੈਗੇ। ਉਹ ਜਿਹੜੀ ਟੀਮ ਨੂੰ ਇੱਕ ਸੂਚਨਾ ਮਿਲੀ ਅਤੇ ਟੀਮ ਉੱਥੇ ਨੇੜੇ ਹੀ ਸੀ ਤਾਂ ਉਹ ਟੀਮ ਉੱਥੇ ਮੌਕੇ 'ਤੇ ਪਹੁੰਚ ਗਈ। ਇਹ ਅਸੀਂ ਹੁਣ ਪੜਤਾਲ ਰਿਕਾਰਡ ਕਰ ਰਹੇ ਹਾਂ, ਪੜਤਾਲ ਰਿਕਾਰਡ ਕਰਕੇ ਦੇਖਿਆ ਜਾਊਗਾ ਕਿ ਪਰਚੇ ਸੀਗੇ। ਇਹ ਟੋਟਲ 7 ਕਿਲੋ 30 ਗ੍ਰਾਮ ਹੀਰੋਇਨ ਦੀ ਰਿਕਵਰੀ ਹੈ। ਟੋਟਲ 6 ਪੈਕਟ, 7 ਪੈਕਟ, ਟੋਟਲ 7 ਪੈਕਟ ਹੈਗੇ, 7 ਪੈਕਟ ਦੇ ਰਿਕਵਰੀ। ਇਹ ਅਸੀਂ ਤਫਤੀਸ਼ ਕਰ ਰਹੇ ਹਾਂ, ਇਹ ਅਸੀਂ ਵੈਰੀਫਾਈ ਕਰ ਰਹੇ ਹਾਂ, ਉਹਦਾ ਵੀ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਕਿ ਜਿਹੜੀ ਗੱਡੀ ਸੀਗੀ ਚੈਸਿਸ ਨੰਬਰ ਦੇ ਕੇ ਅਸੀਂ ਰਿਕਾਰਡ ਕਰ ਰਹੇ ਹਾਂ ਕਿ ਗੱਡੀ ਚੋਰੀ ਦੀ ਸੀ ਜਾਂ ਕੀ ਸੀ। ਸਰ ਇਹ ਵੀ ਪਤਾ ਲੱਗਾ ਸੀਗਾ ਕਿ ਗੱਡੀ ਦਾ ਨੰਬਰ ਵੀ ਜਿਹੜਾ ਇਹਨਾਂ ਨੇ ਚੇਂਜ ਕੀਤਾ ਹੋਇਆ ਸੀ, ਜਾਲੀ ਨੰਬਰ ਲਗਾਇਆ ਹੋਇਆ ਸੀਗਾ। ਗੱਡੀ ਦੇ ਨੰਬਰ ਪਲੇਟ 'ਤੇ AF ਲਿਖਿਆ ਸੀ, ਅੰਦਰ ਇੱਕ ਨੰਬਰ ਪਲੇਟ ਪਿਆ ਸੀ, ਉਹ ਅਸੀਂ ਪੂਰੀ ਗੱਲ ਵੈਰੀਫਾਈ ਕਰ ਰਹੇ ਹਾਂ ਕਿ ਕੀ ਕਹਾਣੀ। ਕਿੰਨੇ ਜਣੇ ਸੀ ਸਾਰੀ ਗੱਡੀ? ਗੱਡੀ 'ਚ 2 ਜਣੇ ਸੀ ਸਰ। ਇੱਕ ਭੱਜ ਜੋ ਫਰਾਰ, ਇੱਕ ਜਿਹੜਾ ਹੈਗਾ ਉਹਨੂੰ ਫੜਨ ਲਈ ਅੱਡਾ ਟੀਮ ਦਾ ਗਠਨ ਕੀਤਾ ਗਿਆ, ਛੇਤੀ ਛੇਤੀ ਅਸੀਂ ਉਹਨੂੰ ਫੜ ਲਾਂਗੇ। ਸਰ ਪੁਲਿਸ ਪਹੁੰਚਣ ਦੇ ਬਾਵਜੂਦ ਵੀ ਭੱਜਾ, ਰਸ਼ਲੀ ਏਰੀਆ ਸੀਗਾ, ਪਬਲਿਕ ਵੱਲੋਂ ਦੱਸਿਆ ਗਿਆ, ਉਹਨੂੰ ਲੈ ਕੇ ਤੁਸੀਂ ਕੀ ਕਹੋਗੇ? ਨਹੀਂ, ਜਿਹੜਾ ਹੈਗਾ ਅਰਸ਼ਦੀਪ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਦੂਜਾ ਬੰਦਾ ਹੈ ਉਹਨੂੰ ਵੀ ਅਸੀਂ ਛੇਤੀ ਲੱਭ ਲਾਂਗੇ। ਇੱਕ ਹੈਗਾ 21 NDPS ਐਕਟ ਅਤੇ ਦੂਜਾ ਲਾਇਆ ਗਿਆ 304 ਦੋ ਧਾਰਾ ਲਾਈ ਗਈ। ਸਰ ਜਿਹੜੇ ਹਾਦਸੇ ਦੌਰਾਨ ਲੋਕਾਂ ਦੀ ਮੌਤ ਹੋਈ ਆ, ਇਸ ਕਿਸੇ ਦਾ ਵਾਧਾ ਵੀ ਕੀਤਾ ਜਾਊਗਾ? ਮੌਤ ਹੋਈ ਹੈ ਤਾਂ ਕਲਪੇਬਲ ਹੋਮਸਾਈਡ ਜਿਹੜੀ ਹੈ 304 ਉਹ ਧਾਰਾ ਲਾਈ ਗਈ ਹੈ, ਕਿਉਂਕਿ ਜਿਹੜਾ ਏਰੀਆ ਸੀ ਰਸ ਦਾ ਏਰੀਆ ਸੀ, ਟ੍ਰੈਫਿਕ ਦਾ ਏਰੀਆ ਸੀ, ਜਾਂਦੇ ਹੋਏ ਦੀ ਟ੍ਰਫ ਦਾ ਏਰੀਆ ਹੈਗਾ, ਟ੍ਰੈਫਿਕ ਦਾ ਏਰੀਆ ਹੈ, ਉਹਨੇ ਜਿਹੜੀ ਕਾਰ ਮੋਟਰਸਾਈਕਲ 'ਤੇ ਮਾਰੀ ਤਾਂ ਇਹ ਮੰਦਭਾਗੀ ਘਟਨਾ ਵਰਪੀ ਹੈ। ਪਿੱਛੋਂ ਸਰ ਕਿੱਧਰੋਂ ਆ ਰਹੇ ਸੀ ਉਹ?
ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਕਿੱਧਰੋਂ ਆ ਰਹੀ ਸੀ ਬੈਕਵਰਡ ਅਤੇ ਫਾਰਵਰਡ ਜਿਹੜੇ ਲਿੰਕਜ ਨੇ ਉਹ ਅਸੀਂ ਲਵਾਂਗੇ ਲੱਭ ਕੇ ਛੇਤੀ ਹੋਰ ਜਿਵੇਂ ਪ੍ਰੋਗਰੈਸ ਹੁੰਦੀ ਹੈ ਆਪਾਂ ਨੂੰ ਦੱਸਾਂਗੇ ਆਪਾਂ ਇਨਫੋਰਮ ਕਰਾਂਗੇ।